ਭੁੱਖਾ ਨਹੀਂ ਮਰਨ ਦਿੰਦਾ, ਇਹ ਇਨਸਾਨ ਨੂੰ ਮਾਰਦੇ ਨੇ। ਇੱਕੋ ਹੀ ਬਸ ਇਹਨਾਂ ਨੂੰ ਇਹ ਆਉਂਦਾ ਹੈ ਕਿ ਇਹਨੂੰ ਲੁੱਟਣਾ ਕਿਸ ਤਰ੍ਹਾਂ, ਇਹ ਬਾਹਰੋਂ ਆਇਆ ਦਾ, ਇਹਨੂੰ ਮਾਰਨਾ ਕਿੰਝੇ। ਤਾਰਿਕ ਹੁਸੈਨ ਬ੍ਰਿਟਿਸ਼ ਨੈਸ਼ਨਲ ਨੂੰ ਕੋਈ 20 ਸਾਲ ਸੀ, ਮੈਂ ਸਿਆਲਕੋਟ ਸਿਟੀ ਸੀ। ਪਾਕਿਸਤਾਨ ਮੇਰਾ ਜੋ ਕੁਛ ਵੀ ਥਾ ਉਹ ਸਭ ਕੁਛ ਮੇਰੇ ਭਾਈ ਔਰ ਭਾਈਓ ਕੇ ਬੱਚੋਂ ਨੇ ਉਸ ਪਰ ਕਬਜ਼ਾ ਕੀਆ ਹੁਆ ਹੈ। 2019 ਕੋ ਆਇਆ ਥਾ, 3 ਸਾਲ ਹੋ ਗਿਆ, ਮੇਰੀ 67 ਈਅਰ। ਮੇਰੇ ਦੋ ਬਾਈਪਾਸ ਹੋਏ ਹੋਏ ਹੈ ਆਪਰੇਸ਼ਨ, ਔਰ ਅਭੀ ਪੀਸ ਮੇਕਰ ਪੜਾ ਹੁਆ ਹੈ, ਹੈਲਥ ਯੇ ਪੀਸ ਮੇਕਰ ਪੜਾ ਹੁਆ ਹੈ। ਯੇ ਮੈਂ ਆਪਕੋ ਦਿਖਾਊਂ, ਯੇ ਦੇਖੇ, ਯੇ ਜੋ ਹੈ ਯੇ ਪੀਸ ਮੇਕਰ ਹੈ, ਕਿਉਂਕਿ ਮੇਰੀ ਹਾਰਟ ਰੇਟਿੰਗ ਬਹੁਤ ਵੀਕ ਹੋ ਗਈ ਹੋਈ ਆ, ਤੋ ਚੱਲਣੇ ਮੈਂ ਉੱਠਣੇ ਮੈਂ ਬੈਠਣੇ ਮੈਂ ਬਹੁਤ ਦੁਸ਼ਵਾਰੀ ਹੋਤੀ ਹੈ, ਬਹੁਤ ਮੁਸ਼ਕਲ। ਇਹ ਮੇਰਾ ਪਾਸਪੋਰਟ ਹੈ, ਬ੍ਰਿਟਿਸ਼ ਪਾਸਪੋਰਟ। ਮੇਰਾ ਜੋ ਕੁਛ ਵੀ ਹੈ ਉਹ ਸਭ ਇਹ ਖਾ ਗਏ ਹੋਏ ਹੈ, ਮੁਝੇ 2019 ਕੋ ਸਾਰਾ ਪਤਾ ਚਲਾ। ਹਰ ਚੀਜ਼ 'ਤੇ ਜੈਲੀ ਸਾਈਨ, ਹਰ ਚੀਜ਼ ਮੇਰਾ ਨਾਮ ਨਿਕਾਲ ਦਿਆ ਹੈ। ਜਾਇਦਾਦ ਬਹੁਤ ਜਾਇਦਾਦ ਹੈ, 3-2 ਫੈਕਟਰੀਆਂ ਹੈ, ਔਰ ਬਹੁਤ ਸਾਰੇ ਨਾ ਕੀ ਪ੍ਰਾਪਰਟੀਆਂ ਹੈ ਜੋ ਇਹਨੇ ਇਹ ਮੇਰਾ ਨਾਮ ਨਿਕਾਲ ਦਿਆ ਹੋਇਆ ਜੈਲ ਸਾਜ਼ੀ। ਸਭ ਜਗ੍ਹਾ ਗਿਆ ਹੂੰ, ਅਦਾਲਤੋਂ ਮੈਂ ਵੀ ਗਿਆ ਹੂੰ, ਮੁਝੇ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਸਭ ਕੋਈ ਉਹ ਜੋ ਮੇਰੇ ਭਾਈ ਹੈ, ਮੇਰੇ ਭਾਈਓ ਕੇ ਬੱਚੇ ਹੈ, ਉਹ ਇਧਰ ਰਹਿਤੇ ਹੈ, ਉਨਕੇ ਬਹੁਤ ਤਲਕਾਤ ਹੈ ਮਨਿਸਟਰੋਂ ਸੇ, ਯੇ ਵੋ ਜੱਜੋਂ ਸੇ, ਉਹ ਇੱਕ ਮਿੰਟ ਮੇਰੇ ਉੱਪਰ ਉਲਟਾ ਕੇਸ ਬਣਵਾ ਦਿੱਤਾ। 420 ਕਾ ਮੇਰੇ ਉੱਪਰ ਕੇਸ ਬਣਾ ਹੁਆ ਹੈ, ਉਨਸੇ ਫਰਾਡ ਕੀਆ, ਫਰਾਡ ਉਹਨੇ ਕੀਆ ਮੁਝੇ, ਵੋ ਉਨਕਾ ਮਤਲਬ ਹੈ ਕਿ ਮੈਂ ਵਾਪਸ ਭਾਗ ਜਾਊਂ। ਇਹ ਦਰਜ ਹੋਈ ਥੀ FIR 7/11/2021। ਯੇ 420 ਮੇਰੇ ਪੇ ਲਗਵਾਈ ਹੋਈ ਆ ਉਹਨੇ, ਕੋਈ ਐਪਲੀਕੇਸ਼ਨ ਦੀ ਕੋਈ ਪਰੂਫ ਨਹੀਂ, ਕੋਈ ਕੁਛ ਨਹੀਂ। ਇੱਕ DPO ਕੇ ਸਾਥ ਵੀ ਉਨਕੇ ਤਲਕਾਤ ਹੈ ਥੇ, ਔਰ ਪੁਲਿਸ ਤੋਂ ਉਨਕੇ ਕਹਤੇ ਹੈ ਹਮਾਰੇ ਪਾਕਟ ਮੇ ਹੈ, ਯੇ ਪੁਲਿਸ ਉਹ ਹਮੇਸ਼ਾ ਕਹਤੇ ਹੈ ਕਿ ਯੇ ਪੁਲਿਸ ਹਮਾਰੇ ਕੁੱਤੇ ਹੈ। ਜ਼ਮਾਨਤ ਕਰਾਈ ਹੋਈ ਹੈ, ਔਰ ਬਹੁਤ ਹੀ ਮੈਂ ਪਰੇਸ਼ਾਨ। ਉਸਨੇ ਯੇ ਹਾਰਜ ਕਰ ਦੀ ਥੀ ਜ਼ਮਾਨਤ, ਫਿਰ ਮੈਨੇ ਜਾ ਕੇ ਲਾਹੌਰ ਹਾਈ ਕੋਰਟ ਸੇ ਜ਼ਮਾਨਤ ਕਰਾਈ ਥੀ। ਯੇ ਦੇਖੇ ਯੇ ਪਰੂਫ ਹੈ ਲਾਹੌਰ ਹਾਈ ਕੋਰਟ ਕਾ। ਯੇ ਮੇਰਾ ਭਾਈ ਸ਼ੇਖ ਮੁਹੰਮਦ ਮੁਸ਼ਤਾਕ, ਉਸਨੇ ਮੁਝੇ ਦਿਆ ਥਾ, ਔਰ ਮੇਰੇ ਸੇ ਉਸਨੇ 1,95,00,000 ਔਰ ਥੋੜ੍ਹੇ ਸੇ ਉੱਪਰ ਪੈਸੇ ਥੇ ਜੋ ਉੱਪਰ ਲਿਖੇ ਹੋਏ ਹੈ, ਜੋ ਮੁਝੇ ਅਭੀ ਯਾਦ ਦੇ ਪੜੂੰਗਾ ਤੋ ਬਤਾਊਂਗਾ, ਤੋ ਵੋ ਮੈਨੇ ਦੇ ਦੀਏ ਥੇ। ਤੋ ਉਸਨੇ ਮੁਝੇ ਯੇ ਸਟਾਮ ਲਿਖ ਕੇ ਦਿਆ, ਯੇ ਜਗ੍ਹਾ ਕਾ ਯੇ ਜਗ੍ਹਾ ਮੈਂ ਤੁਮੇ ਦੇ ਰਹਾ ਹੂੰ। ਤੋ ਮੇਰਾ ਭਾਈ ਫੌਤ ਹੋ ਗਿਆ ਜਬ, ਤੋ ਮੈਂ ਆਪਣੇ ਭਾਈ ਕੇ ਬੇਟੋਂ ਸੇ ਬਾਤ ਕੀ, ਤੋ ਵੋ ਕਹਤੇ ਹੈ ਕਿ ਯੇ ਨਹੀਂ, ਯੇ ਤੋ ਹਮਾਰਾ ਅਬੂ ਹਵਾ ਮੈਂ ਬਾਤ ਕਰ ਗਿਆ ਹੁਆ ਹੈ, ਯੇ ਨਹੀਂ, ਕਿਉਂਕਿ ਯੇ ਜਗ੍ਹਾ ਬਹੁਤ ਐਕਸਪੈਂਸਿਵ ਹੋ ਗਈ ਹੋਈ ਅਬ, ਤੋ ਯੇ ਅਬ ਵੋ ਨਹੀਂ ਦੇਣਾ ਚਾਹਤੇ ਯੇ। ਤੋ ਵੋ ਕਹਤੇ ਹੈ ਜੋ ਕੁਛ ਕਰਨਾ ਕਰ ਲੇ, ਹਮ ਤੁਹਾਰੇ ਕੁਛ ਵੀ ਨਹੀਂ ਹੋਣੇ ਦੇਂਗੇ, ਔਰ ਉਲਟਾ ਤੁਹਾਰੇ ਉੱਪਰ ਕੇਸ ਡਾਲ ਦੇਂਗੇ। ਮੇਰਾ ਜੋ ਕੁਛ ਵੀ ਹੈ ਮੈਂ ਸਾਰਾ ਕੁਛ ਇਨਕੋ ਦੇ ਦਿਆ ਹੋਗਾ, ਮੇਰੇ ਪਾਸ ਅਬ ਜੋ ਕੁਛ ਪੈਸਾ ਸੋਨਾ ਹਰ ਚੀਜ਼ ਮੈਂ ਇਨਕੋ ਵੇਚ ਕੇ ਦੇ ਦੀ ਥੀ। ਅਬ ਮੈਂ ਕੁਛ ਬਤਾ ਨਹੀਂ ਸਕਦਾ ਕਿ ਮੈਂ ਕਿਸ ਹਾਲ ਮੈਂ, ਜੋ ਪੈਸੇ ਜਿਤਨੇ ਵੀ ਥੇ ਉਹ ਕੇਸੋਂ ਪੇ ਲੱਗ ਗਏ, ਵਕੀਲੋਂ ਪੇ ਲੱਗ ਗਏ। ਅਦਾਲਤ ਸਿਵਲ ਕੋਰਟ ਮੈਂ ਗਿਆ ਔਰ ਇਹਨੇ ਪਰਚਾ ਕਰਾ ਦਿਆ, ਤੋ ਮੇਰਾ ਤਾਂ ਕੋਈ ਜਾਣਨੇ ਵਾਲਾ ਨਹੀਂ ਹੈ ਇੱਧਰ, ਤੋ ਮੈਂ ਤਾਂ ਹਰ ਜਗ੍ਹਾ ਸੇ ਨਾਕਾਮ ਹੋ ਜਾਤਾ ਹੂੰ, ਕੋਈ ਰਿਸਪੈਕਟ ਨਹੀਂ। ਇੱਕ ਤੋ SHO ਥਾ ਮੇਰਾ ਸਾਇਦ ਲੈ ਰਿਹਾ ਥਾ ਕੜੀ ਕਾ, ਤੁਹਾਰਾ ਕੜੀ ਤੁਮ ਜੇਲ੍ਹ ਮੈਂ ਜਾਣਾ ਹੈ ਅਬ, ਉਹ ਡਰਾਤੇ ਹੈ, ਕਿਤਨੇ ਪੈਸੇ ਦੋਗੇ, ਯੇ ਪੈਸੇ ਬਸ ਮੰਗਤੇ ਹੈ ਸਭ। ਉਹ ਮੈਂ ਦੇਖ ਰਿਹਾ ਹੂੰ
कि वो एक मिनट में वो जज कहते हैं हमने खरीद लिया है, ये है वो, तुम जो करना है कर लो लेकिन तुम्हारा कुछ नहीं बनेगा, तो वो हो जाता है। जज एक मिनट में मुझे मुजरम बना देता है, मुझे चोर बना दिया हुआ है उन्होंने, तो चोर तो वो खुद हैं। तो मुझे समझ ही नहीं आ रही कि मैं क्या करूं, मैं तो बहुत परेशान हूं, मैं क्या सोचूं। मेरा अगर फैमिली ना होती, मेरी फैमिली ना होती, क्योंकि मैं पूरी फैमिली में फिर चोर बन जाऊंगा। मैं चाहता हूं कि मैं नहीं चोर, ये पूरा एक तरह से इंसाफ होना चाहिए, जो सच है वो पता चले तो मैं खुश हो जाऊंगा। क्योंकि अगर मैं ऐसे भाग जाऊं, मैं तो जा सकता हूं, मुझे पे बैन तो नहीं है, मैं लंदन जा सकता हूं, कि मैं जाऊंगा तो मैं फिर चोर बन गया। बच्चे तो कहते हैं कि आप क्यों क्या कर रहे हैं, हमें नहीं कुछ चाहिए, हमें नहीं चाहिए, लेकिन मैं लेने के लिए नहीं, मुझे तो पता है उन्होंने देने ही नहीं है मुझे, वो बहुत पावरफुल है। तो मैं ये सिर्फ कि मैं मेरी ऊपर जो इधर लिख दिया उन्होंने कि 420 ये ख़त्म करना चाहता हूँ, मैं बहुत मायूस हूँ। मैं तो कहता हूँ कि मैं सब पाकिस्तानियों को यही कहूँगा कि इधर कोई इन्वेस्टमेंट ना करे, कोई प्रॉपर्टी ना खरीदे, अगर खरीदेंगे तो आपके भाई बहन उनके बच्चे आपकी छीन लेंगे। और मैं यकीन से कहता हूँ कोई 80 लाख रुपया मैं लगा चुका हूँ और हेल्थ मेरी डैमेज हुई है बहुत ज़्यादा, मरना जीना उधर ही है, इधर क्या करना है, सब इधर चोर बैठे हुए हैं। मैं मायूस हूँ, मैं बिल्कुल नहीं कहना चाहता हूँ, क्यों, कि वो कुछ नहीं सुनते, वो तो अपनी कुर्सी बचाने के लिए दौड़ लगा रहे हैं, वो मेरी क्या सुनेंगे। मैं करूँगा अभी तो उन्होंने मेरी कुछ सुन लेनी है, मैं क्यों इनके रिक्वेस्ट करूँ कि किसी इंसान के साथ इतनी ज्यादती हो रही है। 80 लाख दे विच ऐ देखो मेरे को ऐ लब्भा जे ऐ जे 80 लाख रुपया ऐ जे वकीलों ने लुटिया है ऐ अदालतों दे विच कुछ भी नहीं मेरा बनया ऐ जे ऐ मेरा 80 लाख रुपया जे ऐ मेरा 80 लाख रुपया जे ऐ जो कुछ भी है जी ऐ ये मैं यो चीज़ा बस अपने नाल लैके सौंदा जी अपने नाल ही मरदा जे पिया तो अपने नाल ही रख के तो जींदा जे पिया बस ये मैं ध्यान कहाँगा मैं बस इको ही कहाँगा कि खुदा का वास्ता इतने कोई इनवैसटमेंट इतने पैसा ना भेजो ये भुखे मर जन ये जड़े ने ओवरसीज करते हैं तो ओवरसीज न बचाते हैं पे ए देखो ए मैं FIA दे विच भी ए केस किया जाए उत्थे भी कोई मेरी सुनाई वह भी उन्होंने खरीद ले सारे FIA दे विच ते मैं की दसा मैं बहुत परेशान हाँ मैं अपने मुल्क को बहुत परेशान पाकिस्तान दे बारे च मैं ए फील करना वा कि है तो मेरा मुल्क मैं इतने जमया दा पैदा होया दा लेकिन है कि मैं गरंटी नाल कहना के पाकिस्तान ते ऐ ते ऐ जमीन ऐ आसमान ऐ जमीन क्यों ऐ भुखा नहीं मरन देंदा ना भुखा सौन देंदा ऐ इंसान दी कदर करते ने ऐ इंसान नू मारदे ने और कहंदे ने कि मरदा क्यों नहीं पिया ना कोई इन्हां दे अंदर एहसास है इस मुल्क मेरे मुल्क दे विच इत्थे बहुत बस फरौनियां ते ए इक्को ही बस इन्हां नू आंदा है कि इनू लुटना किस तरह ये बाहरों आया है इनू मारना किंजे बीमार आदमी की वो बहुत लोग आफ्टर करते हैं फ्री हर चीज़ फ्री है बेनीफिट डिसेबिलिटी लाउस फलान ठीक हर चीज़ तो इतने की देंगे ए तो देखो फिर भी एना ज़्यादा प्यार लेकिन ए एक दिल बड़ा तंग पै गया बहुत दिल तंग।